एवन पंजाबी ते एवन न्यूज़ में आप सब का स्वागत करते हैं। दोस्तों एक सोशल मीडिया से वीडियो वायरल हो रहा जिस दे विच कुछ सिख जथेबंदियां ने एक औरत नू पुलिस नाल लैके गिरफ्तार किया है। पुलिस ने उसनू पकड़ लिया क्योंकि वह औरत करती सी समैक का धंधा। वो जिहड़ी समैक सी उसका किवें धंधा करती सी, किस तरह सिख जथेबंदी नू शक होया कि इस परिवार के लोग इस परिवार दीआं औरतां लगियां होईयां ने समैक दे धंधे विच। पहला वेखो ये वायरल वीडियो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਤਾਂ ਬੇਨਤੀ ਆ ਕਿ ਅੱਜ ਭਾਈ ਕਸ਼ਮੀਰ ਸਿੰਘ ਜੀ ਬੋੜੂ ਸਿੰਘਾਂ ਨੇ ਜਿਹੜਾ ਅਸੀਂ ਕੱਲ੍ਹ ਰੋਸ ਮਾਰਚ ਕੱਢਿਆ ਸੀ ਨਸ਼ਿਆਂ ਦੇ ਖਿਲਾਫ਼, ਅਤੇ ਅੱਜ ਪਿੰਡ ਜਗਤਪੁਰਾ ਵਿਖੇ ਸਿੰਘਾਂ ਦੇ ਉਦਮ ਸਦਕਾ ਜਿਹੜਾ ਵਾ ਇੱਕ ਬੀਬੀ ਇੱਥੇ ਜਿਹੜੀ ਆ ਫੜੀ ਗਈ ਹੈ ਸਮੈਕ ਵੇਚਦੀ, ਅਤੇ ਆਹ ਪੁਲਿਸ ਵੀ ਆਈ ਹੈ ਸਾਡੀ, ਅਤੇ ਇਹਨਾਂ ਨੂੰ ਬੇਨਤੀ ਆ ਵੀਰਾਂ ਨੂੰ ਕਿ ਇਸ ਬੀਬੀ ਦੇ ਉੱਤੇ ਜਿਹੜਾ ਵਾ ਉਹ ਪਰਚਾ ਕੀਤਾ ਜਾਵੇ। ਕਿਹੜੀ ਬੀਬੀ ਭਰਾ ਕਸ਼ਮੀਰ? ਆਹ ਭਾਈ ਕਸ਼ਮੀਰ ਸਿੰਘ ਕੋਲ ਆ, ਆਹ ਵਿਖਾਓ ਮਾੜੀ ਜੀ ਕਸ਼ਮੀਰ ਸਿੰਘ ਕੱਢਿਓ ਮਾੜੀ। ਵਾਕਈ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਗੱਲ ਕਰੀਏ, 1 ਜੁਲਾਈ ਤੋਂ ਲੈ ਕੇ 7 ਜੁਲਾਈ ਤੱਕ ਜੋ ਨਸ਼ਿਆਂ ਦੇ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਔਰ ਉਸ ਦੇ ਵਿੱਚ ਵੱਧ ਤੋਂ ਵੱਧ ਨੌਜਵਾਨ ਸ਼ਿਰਕਤ ਕਰ ਰਹੇ ਨੇ, ਔਰ ਜਿਹੜੇ ਨੌਜਵਾਨ ਸ਼ਿਰਕਤ ਕਰ ਰਹੇ ਨੇ ਉਹਨਾਂ ਦਾ ਵੱਧ ਤੋਂ ਵੱਧ ਇਹ ਮਤਲਬ ਟੀਚਾ ਹੋਏਗਾ ਕਿ ਜਿੰਨੇ ਵੀ ਲੋਕ ਇਹਨਾਂ ਨਸ਼ਿਆਂ ਵਿੱਚ ਲਿਪਤ ਨੇ, ਵਪਾਰ ਕਰਦੇ ਨੇ, ਆਪਣੀ ਜੇਬ ਭਰਦੇ ਨੇ, ਦੂਜਿਆਂ ਦੇ ਘਰ ਬਰਬਾਦ ਕਰਦੇ ਨੇ, ਉਹਨਾਂ ਦਾ ਕੀਤਾ ਜਾਵੇ ਪਰਦਾ ਫਾਸ਼। ਪ੍ਰੋਗਰਾਮ ਦੇ ਅੰਤ ਵਿੱਚ ਦੋਸਤੋ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸ ਦੀ ਜਾਣਕਾਰੀ ਹੈ ਤਾਂ ਮੇਲ ਕਰੋ। ਮੇਲ ਆਈਡੀ ਹੈ ਖਰੀਆਂ even@gmail.com। ਏਵਨ ਪੰਜਾਬੀ ਅਤੇ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ।